ਸਾਧ ਸੰਗਤ ਜੀ, ਆਓ ਚੱਲੀਏ ਪਿੰਡ ਮਹਿੰਦੀਪੁਰ, ਜਿੱਥੇ 27 ਅਗਸਤ ਨੂੰ ਵਿਸ਼ਾਲ ਛਿੰਝ ਮੇਲਾ ਹੋਣ ਜਾ ਰਿਹਾ। ਸੁਣਦੇ ਹਾਂ ਛਿੰਝ ਕਮੇਟੀ ਦੀਆਂ ਕੀ ਤਿਆਰੀਆਂ ਨੇ। ਚੱਲਦੇ ਹਾਂ ਪਿੰਡ ਮਹਿੰਦੀਪੁਰ, ਨਵਾਂ ਸ਼ਹਿਰ। ਪਿੰਡ ਮਹਿੰਦੀਪੁਰ ਦੀ ਸਾਲਾਨਾ ਛਿੰਝ ਮੇਲਾ 27 ਅਗਸਤ 2024 ਦਿਨ ਮੰਗਲਵਾਰ ਨੂੰ ਪੂਰੇ ਨਗਰ ਦੇ ਸਹਿਯੋਗ ਨਾਲ ਅਤੇ NRI ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਧੂਮਧਾਮ ਨਾਲ ਮਨਾਇਆ ਜਾ ਰਿਹਾ। ਅਤੇ ਅੱਜ ਪਿੰਡ ਮਹਿੰਦੀਪੁਰ ਵਿਖੇ 15 ਅਗਸਤ ਨੂੰ ਮੀਟਿੰਗ ਹੋਈ ਆ, ਛਿੰਝ ਦੀਆਂ ਤਿਆਰੀਆਂ ਹੋ ਰਹੀਆਂ। ਜਿਹੜੀਆਂ ਵੀ ਅੱਜ ਗੱਲਾਂ ਬਾਤਾਂ ਹੋਈਆਂ ਉਹ ਤੁਹਾਡੇ ਨਾਲ ਰੂਬਰੂ ਕਰਾਉਂਦੇ ਹਾਂ। ਪਿੰਡ ਦੀ ਸਮੂਹ ਪ੍ਰਬੰਧਕ ਕਮੇਟੀ ਜਿਹੜੀ ਅੱਜ ਮੀਟਿੰਗ ਕਰਕੇ ਆਉਣ ਵਾਲੇ ਜੋ ਛਿੰਝ ਮੇਲਾ ਹੈ ਉਹਦੇ ਲਈ ਕੀ ਕੀ ਤਿਆਰੀ ਕੀਤੀ ਆ ਤੁਹਾਨੂੰ ਮਿਲਾਉਂਦੇ ਹਾਂ। ਇਹ ਹਨ ਸਾਡੇ ਦੌਲਤ ਰਾਮ ਜੀ, ਸਾਬਕਾ ਸਰਪੰਚ ਸਾਹਿਬ, ਕੁਲਵਿੰਦਰ ਸਿੰਘ ਜੀ ਕਮੇਟੀ ਮੈਂਬਰ, ਇਹ ਹਨ ਨਿਰਮਲ ਸਿੰਘ ਪ੍ਰਧਾਨ ਜੀ ਸਰਪੰਚ ਸਾਹਿਬ, ਡਾਕਟਰ ਹਰਮੇਸ਼ ਲਾਲ ਜੀ ਕਮੇਟੀ ਮੈਂਬਰ, ਨੰਬਰਦਾਰ ਆਤਮਾ ਰਾਮ ਜੀ ਮੱਖਣ, ਇਹ ਹਨ ਜੀ ਬਲਵੀਰ ਸ਼ੀਮਾਰ ਪ੍ਰਬੰਧਕ ਕਮੇਟੀ ਦੇ ਮੈਂਬਰ, ਹੁਸਨ ਲਾਲ ਜੀ ਸਾਬਕਾ ਸਰਪੰਚ ਮੈਂਬਰ ਸਾਹਿਬਾਨ, ਅਤੇ ਜੋਗਾ ਸਿੰਘ ਜੀ ਪ੍ਰਧਾਨ ਗੁਰਦੁਆਰਾ ਰਵਿਦਾਸ ਭਵਨ। ਇਹ ਸਾਰੇ ਕਮੇਟੀ ਮੈਂਬਰਾਂ ਨੇ ਅੱਜ ਪੂਰੀ ਸ਼ਿੱਦਤ ਦੇ ਨਾਲ ਇਹਨਾਂ ਨੇ ਮੀਟਿੰਗ ਕੀਤੀ ਆ, ਉਹ ਤੁਹਾਨੂੰ ਮਿਲਾਉਂਦੇ ਹਾਂ। ਬਲਵੀਰ ਸ਼ੀਮਾਰ ਤੁਹਾਨੂੰ ਦੱਸਣਗੇ ਛਿੰਝ ਮੇਲੇ ਦੇ ਕੀ ਤਿਆਰੀਆਂ ਹੋ ਰਹੀਆਂ। ਹਾਂਜੀ ਸਰ, ਧੰਨ ਧੰਨ ਗੁੱਗਾ ਯਾਰ ਵੀਰ ਜੀ। ਇਸ ਸਾਲ 27 ਅਗਸਤ ਨੂੰ ਜਿਵੇਂ ਕਿ ਸਾਡੇ ਹਰ ਸਾਲ ਛਿੰਝ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਇਸ ਸਾਲ ਫਿਰ ਅਸੀਂ 27 ਤਰੀਕ ਨੂੰ ਗ੍ਰਾਮ ਪੰਚਾਇਤ ਮਹਿੰਦੀਪੁਰ NRI ਭਰਾ ਸਾਡੇ ਅਤੇ ਸਮੂਹ ਪਿੰਡ ਵਾਸੀਆਂ ਸਹਿਯੋਗ ਨਾਲ ਬੜੇ ਧੂਮਧਾਮ ਨਾਲ ਮਨਾ ਰਹੇ ਹਾਂ। ਅਤੇ ਇਸ ਵਾਰੀ ਅਸੀਂ ਇਸ ਦੰਗਲ ਦੇ ਵਿੱਚ ਇੱਕ ਨੰਬਰ ਜਿਹੜੀ ਘੋਲ ਹੈਗੀ ਆ ਉਹਦੇ ਲਈ ਬੁਲਟ ਮੋਟਰਸਾਈਕਲ ਹੈ, ਜੋ ਕਿ ਨਰਿੰਦਰ ਸਿੰਘ USA ਸਾਨਾ ਹਰਭਜਨ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਹੈ। ਅਤੇ ਦੂਸਰੀ ਜਿਹੜੀ ਸਾਡੀ ਘੋਲ ਹੈਗੀ ਆ ਉਹ ਸਪਲੈਂਡਰ ਮੋਟਰਸਾਈਕਲ ਹੈ, ਜੋ ਕਿ ਪਵਨ ਕੁਮਾਰ ਸਨ ਆਫ ਚੌਧਰੀ ਨਸੀਬ ਚੰਦ ਉਹਨਾਂ ਦੇ ਪਰਿਵਾਰ ਵੱਲੋਂ ਦਿੱਤੇ ਜਾਣੇ ਆ। ਅਤੇ ਤੀਜਾ ਮੋਟਰਸਾਈਕਲ ਜਿਹੜਾ ਆ ਅਮਰਜੀਤ ਸਿੰਘ ਸਾਡੇ BLO ਸਾਹਿਬ ਸਾਡੇ ਪਿੰਡ ਦੇ ਹੀ, ਅਤੇ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾਣਾ ਆ। ਅਤੇ ਇਸ ਵਾਰੀ ਹੋਰ ਵੀ ਬੜੇ ਦਿਲ ਖਿੱਚਵੇਂ ਇਨਾਮ ਹੈ। ਅਤੇ ਜਿਹੜੇ ਪਹਿਲਵਾਨ ਹੈ ਉਹ ਅਸੀਂ ਜਿਹੜੇ ਸੱਦੇ ਹੋਏ ਖੜ੍ਹੇ ਆ ਉਹਨਾਂ ਵਿੱਚੋਂ ਹੀ ਮਤਲਬ ਕਿ ਘਲਾਵਾਂਗੇ। ਅਤੇ ਇਹ ਜਿਹੜੀਆਂ ਸਾਡੀਆਂ ਕੁਸ਼ਤੀਆਂ ਹੈਗੀਆਂ ਇਹਦੇ ਲਈ ਇੱਕ ਨੰਬਰ ਜਿਹੜੇ ਬੁਲਟ ਮੋਟਰਸਾਈਕਲ 'ਤੇ ਹੈ ਉਹ ਭੁਪਿੰਦਰ ਅਜਨਾਲਾ ਅਤੇ ਗਣੇਸ਼ ਜਗਤਪ, ਜੋ ਕਿ ਮਹਾਰਾਸ਼ਟਰ ਦਾ ਪਹਿਲਵਾਨ ਹੈ, ਬੜਾ ਮੰਨਿਆ ਪਰਮੰਨਿਆ ਪਹਿਲਵਾਨ ਹੈ। ਅਤੇ ਉਸ ਤੋਂ ਬਾਅਦ ਜਿਹੜੇ ਸਾਡੀਆਂ 4 ਸਪਲੈਂਡਰ ਮੋਟਰਸਾਈਕਲ 'ਤੇ ਆ ਉਹ ਕੁਸ਼ਤੀਆਂ ਦੇ ਪਹਿਲਵਾਨ ਜਿਹੜੇ ਹੈਗੇ ਆ ਸੀਪਾ ਰਈਏਵਾਲ, ਬਾਜ ਰੌਣੀ, ਵੱਡਾ ਜੱਸਾ ਬਾੜੂਵਾਲ, ਉਸ ਤੋਂ ਬਾਅਦ ਸਾਡੇ ਮੋਹਿਤ ਹਰਿਆਣਾ, ਬਨੀਤ ਆਲਮਗੀਰ, ਵਿਕਰਾਂਤ ਰੋਹਤਕ, ਸੋਨੂ ਕਾਂਗੜਾ ਅਤੇ ਗੋਪੀ ਲੀਲਾ, ਅਤੇ ਇੱਕ ਜੋ ਸਾਡੇ ਕੋਲ ਮੋਟਰਸਾਈਕਲ ਪਲੈਟੀਨਾ ਜੋ ਕਿ ਅਮਰਜੀਤ ਸਿੰਘ ਵੱਲੋਂ ਦਿੱਤਾ ਜਾਣਾ ਹੈ, ਉਹਦੇ ਲਈ ਸ਼ੇਰਾ ਲੱਲੀਆਂ ਅਤੇ ਸੁਖਮਨ ਅਜਨਾਲਾ ਇਹਨਾਂ ਵਿਚਾਲੇ ਘੋਲ ਹੋਵੇਗੀ। ਅਤੇ ਆਪ ਸਾਰੇ ਜੋ ਵੀ ਸਾਡੇ ਦੇਸ਼ ਵਿਦੇਸ਼ 'ਚ ਬੈਠੇ ਆਲੇ ਦੁਆਲੇ ਜੋ ਵੀ ਸਾਡੇ ਪਿੰਡਾਂ ਦੇ ਜੋ ਵੀ ਇਹ ਵੀਡੀਓ ਦੇਖ ਰਹੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਆਪਣੇ ਹੁੰਮ ਹੁਮਾ ਕੇ ਸਾਡੇ ਪਿੰਡ ਪਹੁੰਚੋ। ਅਤੇ NRI ਵੀਰਾਂ ਨੂੰ ਬੇਨਤੀ ਆ ਕਿ ਉਸ ਦਿਨ ਸਾਡਾ ਜੋ ਲਾਈਵ ਚੈਨਲ ਹੈਗਾ ਇੰਦਰ TV ਦਿਓਲ ਮਲਟੀਮੀਡੀਆ
ਤੇ ਉੱਤੇ ਵੀ ਯੂਟਿਊਬ ਤੇ ਵੀ ਇਹ ਬਿਲਕੁਲ ਲਾਈਵ ਚੱਲੇਗੀ। ਬਲਵੀਰ ਜੀ, ਪਿਛਲੇ ਸਾਲ ਜਿਹੜਾ ਛਿੰਝ ਮੇਲਾ ਬੜਾ ਵੱਡੇ ਲੈਵਲ ਤੇ ਹੋਇਆ ਸੀ, ਹਰ ਸਾਲ ਹੁੰਦਾ ਹੀ ਆ ਕਿਉਂਕਿ ਇਲਾਕੇ ਦੀ ਪੂਰੀ ਉੱਭਰਵੀ ਛਿੰਝ ਆ। ਹਾਂਜੀ, ਬਹੁਤ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ। ਪਿਛਲੀ ਵਾਰੀ ਥੋੜੇ ਪ੍ਰਬੰਧ ਘੱਟ ਰਹਿ ਗਏ ਸੀ, ਇਸ ਵਾਰੀ ਤੁਸੀਂ ਕੀ ਪ੍ਰਬੰਧ ਕੀਤੇ ਆ ਕਿ ਪਿਛਲੀ ਵਾਰੀ ਜਿਹੜੀਆਂ ਘਾਟਾਂ ਰਹਿ ਗਈਆਂ ਸੀ ਉਹ ਪੂਰੀਆਂ ਹੋ ਸਕਣ? ਹਾਂਜੀ, ਇਸ ਵਾਰੀ ਅਸੀਂ ਕਿਉਂਕਿ ਕਾਫੀ ਸ਼ਿਕਾਇਤਾਂ ਆਈਆਂ ਤੇ ਮੇਰਾ ਖੁਦ ਦਾ ਵੀ ਪਰਸ ਨਿਕਲਿਆ ਸੀ, ਉਦੋਂ 22,000 ਰੁਪਇਆ ਨਿਕਲਿਆ, ਤੇ ਉਸ ਚੀਜ਼ ਤੋਂ ਅਸੀਂ ਬਚਣ ਲਈ ਇੱਕ ਤਾਂ ਅਸੀਂ ਜਿਹੜੇ ਬੌਂਸਰ ਮੰਗਾਏ ਆ ਤੇ 8 ਬੌਂਸਰ ਜਿਹੜੇ ਖੰਨੇ ਤੋਂ ਮੰਗਾਏ ਹੈਗੇ ਆ, ਤੇ ਨਾਲ ਹੀ ਜਿਹੜੇ ਪੁਲਿਸ ਮੁਲਾਜ਼ਮ ਅਸੀਂ SSP ਸਾਹਿਬ ਤੋਂ ਜਿਹੜੀ ਪੁਲਿਸ ਪ੍ਰਸ਼ਾਸਨ ਤੋਂ ਉਹਨਾਂ ਨੂੰ ਬੇਨਤੀ ਕੀਤੀ ਸੀਗੀ, ਉਹਨਾਂ ਕੋਲ ਪਰਮਿਸ਼ਨ ਲਈ ਆ ਕਿ ਸਾਡੇ ਇੱਥੇ ਜ਼ਰੂਰ ਮਤਲਬ ਆਪਣੇ ਮੁਲਾਜ਼ਮ ਭੇਜਣ, ਅਤੇ ਇਸ ਤੋਂ ਇਲਾਵਾ ਬਾਕੀ ਜਿਹੜਾ ਵੀ ਇੱਥੇ ਦਰਸ਼ਕ ਆਉਂਦਾ ਆ ਉਹ ਕਿਰਪਾ ਕਰਕੇ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖੇ ਆਪਣੇ ਪਰਸਾਂ ਦਾ ਜਾਂ ਆਪਣੇ ਮੋਬਾਈਲਾਂ ਦਾ, ਕਿਉਂਕਿ ਇਸ ਮੇਲਾ ਬਹੁਤ ਭਰ ਜਾਂਦਾ ਹੈ ਸਾਡੇ ਮਹਿੰਦੀਪੁਰ ਦਾ, ਅਤੇ ਇੱਥੇ ਕੁਛ ਨਹੀਂ ਪਤਾ, ਰਸ਼ ਬਹੁਤ ਜ਼ਿਆਦਾ ਪੈ ਜਾਂਦਾ ਆ, ਇਸ ਕਰਕੇ ਬੇਨਤੀ ਹੈ ਸਾਰਿਆਂ ਨੂੰ ਇਹ। ਪਿਛਲੀ ਵਾਰੀ ਤੁਸੀਂ ਪਿੰਡ ਦੇ ਵਿੱਚ ਛਿੰਝ ਕਰਾਈ ਸੀ, ਉਸ ਵੇਲੇ ਜਗ੍ਹਾ ਘੱਟ ਲੱਗਦੀ ਸੀ, ਇਸ ਵਾਰ ਤੁਸੀਂ ਕੀ ਉਪਰਾਲਾ ਕੀਤਾ, ਉਸੇ ਜਗ੍ਹਾ ਛਿੰਝ ਆ ਜਾਂ ਕਿਸੇ ਹੋਰ ਪਾਸੇ ਆ? ਸਾਡੇ ਜਿਹੜੀ ਪਿੰਡ ਦੀ ਛਿੰਝ ਹੈ ਇਹ ਆਲੇ ਦੁਆਲੇ ਇਲਾਕੇ ਦੇ ਵਿੱਚ ਇੱਕ ਨਾਮਵਰ ਛਿੰਝ ਹੈਗੀ ਆ, ਕਿਉਂਕਿ ਇੱਥੇ ਬਹੁਤ ਜ਼ਿਆਦਾ ਰਸ਼ ਪੈ ਜਾਂਦਾ ਆ, ਅਤੇ ਪਿਛਲੀ ਵਾਰੀ ਮਤਲਬ ਵੱਡੀ ਛਿੰਝ ਹੋਣ ਕਰਕੇ ਕਾਫੀ ਮਤਲਬ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਅਤੇ ਇਸ ਵਾਰੀ ਅਸੀਂ ਇਹ ਛਿੰਝ ਜਿਹੜੀ ਆ ਜਿਹੜੀ ਆਪਣੇ ਫਗਵਾੜਾ ਚੰਡੀਗੜ੍ਹ ਜਿਹੜਾ ਬਾਈਪਾਸ ਹੈਗਾ ਸਾਡਾ, ਅਤੇ ਇਸ 'ਤੇ ਸਾਡੀ ਗਰਾਊਂਡ ਹੈ ਤਕਰੀਬਨ 3-4 ਖੇਤਾਂ ਦੀ ਹੈਗੀ ਆ, ਉਹਦੇ ਵਿੱਚ ਇਸ ਵਾਰੀ ਅਸੀਂ ਪੇੜ ਲਗਾਉਣ ਬਾਰੇ ਸੋਚਿਆ ਜੀ। ਬਹੁਤ ਬਹੁਤ ਧੰਨਵਾਦ ਭਵੀਰ ਜੀ। ਲਾਸਟ ਦੇ ਵਿੱਚ ਮੈਂ ਤੁਹਾਨੂੰ ਪੜਾਉਣਾ ਚਾਹੂੰਗਾ ਕੁਲਵਿੰਦਰ ਜੀ ਨੇ। ਕੁਲਵਿੰਦਰ ਜੀ, ਤੁਸੀਂ ਤੁਹਾਡੇ ਗ੍ਰਹਿ ਵਿਖੇ ਮੀਟਿੰਗ ਹੋ ਰਹੀ ਆ, ਤੁਸੀਂ ਦੋ ਸ਼ਬਦ। ਬਸ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਆਉਣ ਦਾ, ਇੱਥੇ ਸੰਗਤ ਨੂੰ ਅਪੀਲ ਕਰੋ ਕਿ ਆਪਣਾ ਹੁੰਮ ਹਵਾ ਕੇ ਪਹੁੰਚੇ ਸੰਗਤ। ਹਾਂਜੀ, ਸਾਰੀ ਸੰਗਤ ਨੂੰ ਅਪੀਲ ਆ ਕਿ ਸਾਡੇ ਪਿੰਡ ਦੀ ਛਿੰਝ ਜ਼ਰੂਰ ਹੁੰਮ ਹਵਾ ਕੇ ਪੁੱਜੋ ਦੂਰੋਂ ਦੂਰੋਂ। ਹਾਂਜੀ, ਨਿਰਮਲ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਸਾਨੂੰ ਤਾਂ ਜੀ ਇਹੀ ਆ ਜੀ, ਹਰ ਸਾਲ ਅਸੀਂ ਛਿੰਝ ਕਰਵਾ ਰਹੇ ਹਾਂ, ਪਿਛਲਿਆਂ ਦੇ ਸਾਡੇ ਬਜ਼ੁਰਗਾਂ ਤੋਂ ਚੱਲੀ ਆ ਰਹੀ ਛਿੰਝ, ਅਤੇ ਹੁਣ ਵੀ ਸਾਡੇ ਆਪਣੇ ਜੋ ਵੀ ਚਲੋ ਬਜ਼ੁਰਗ ਤਾਂ ਅੱਜ ਨਹੀਂ ਸਾਡੇ ਕੋਲ ਹੈਗੇ, ਪਰ ਹੁਣ ਨਵੀਂ ਸਾਡੀ ਜੋ ਪੀੜ੍ਹੀ ਆ ਸਾਡੇ ਨਾਲ ਰਲ ਕੇ ਅਸੀਂ ਉਸੇ ਤਰ੍ਹਾਂ ਪਿਛਲੇ ਜੋ ਸਾਲਾਂ ਤੋਂ ਚੱਲੇ ਆ ਰਹੇ ਆ ਉਸ ਹਿਸਾਬ ਦੇ ਨਾਲ ਅਸੀਂ ਇਹ ਛਿੰਝ ਕਰਵਾ ਰਹੇ ਹਾਂ ਸਾਰਿਆਂ ਨੂੰ ਹੁੰਮ ਹੁਮਾ ਕੇ ਸਾਡੇ ਪਿੰਡ ਮਹਿੰਦੀਪੁਰ 27 ਤਰੀਕ ਦਿਨ ਮੰਗਲਵਾਰ ਪਹੁੰਚਣ ਦੀ ਕਿਰਪਾਲਤਾ ਕਰਨਾ। ਹਾਂਜੀ, ਰਮੇਸ਼ ਲਾਲ ਜੀ, ਡਾਕਟਰ ਸਾਹਿਬ ਕੁਛ ਕਹਿਣਾ ਚਾਹੋਗੇ ਸੰਗਤ ਨੂੰ ਅਪੀਲ ਕਰੋ? ਮਿਹਰਬਾਨੀ, ਸ਼ੁਕਰੀਆ ਜੀ, ਬਹੁਤ ਬਹੁਤ ਸੰਗਤ ਸਾਰੀ ਪਹੁੰਚੇ ਜੀ, ਸੋ ਬਹੁਤ ਬਹੁਤ ਧੰਨਵਾਦ ਜੀ। ਨੰਬਰਦਾਰ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਬਸ ਸਾਡੇ ਪਿੰਡ ਦਾ ਤਾਂ ਇਹੀ ਉਪਰਾਲਾ ਆ ਵੀ ਜਿੱਦਾਂ ਹੁਣ ਛਿੰਝ ਮੇਲੇ ਹੁੰਦੇ ਆ, ਖੇਡ ਮੇਲੇ ਹੁੰਦੇ ਆ, ਨਸ਼ੇ ਤੋਂ ਰਹਿ ਤਾਂ ਰਹੂਗੇ ਜਿਹੜੇ ਵੀ ਨੌਜਵਾਨ ਆ, ਬਸ ਆਪਣੀ ਤਾਂ ਇਹ ਅਪੀਲ ਹੈ ਸਾਰੀ ਸੰਗਤ ਨੂੰ ਹੁੰਮ ਹਵਾ ਕੇ ਪਹੁੰਚਣ, ਬੜੇ ਪਿਆਰ ਦੇ ਨਾਲ ਛਿੰਝ ਦਾ ਆਨੰਦ ਮਾਣਨ। ਸੋ ਬਹੁਤ ਬਹੁਤ ਧੰਨਵਾਦ ਜੀ ਸਾਰੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਆਪਣੇ ਆਪਣੇ ਬਿਆਨ ਦਿੱਤੇ ਆ। ਸੋ ਇਹ ਜੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਆਪਣੇ ਆਪਣੇ ਵਿਊ ਦਿੱਤੇ ਆ, ਸੋ ਸਾਰੀ ਸੰਗਤ ਨੂੰ ਇਹ ਬੇਨਤੀ ਹੈ, ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕੀਤੀ ਗਈ ਆ ਕਿ ਇਸ ਵਾਰ ਜੋ ਛਿੰਝ ਮੇਲਾ ਪਿੰਡ ਮਹਿੰਦੀਪੁਰ ਨਵਾਂ ਸ਼ਹਿਰ ਦੇ ਨਾਲ ਹੈ ਗੜਸ਼ੰਕਰ ਰੋਡ ਦੇ ਉੱਤੇ ਜਿੱਥੇ ਬਾਈਪਾਸ ਦਾ ਪੁਲ ਹੈ ਉਹ ਤੋਂ ਲਾਗੇ ਹੀ ਗਰਾਊਂਡ ਹੈ, ਉੱਥੇ ਹੋਣ ਜਾ ਰਿਹਾ। ਸੋ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਕਿ ਸਾਰਿਆਂ ਨੂੰ ਹੁੰਮ ਹਵਾ ਕੇ ਪਹੁੰਚਣਾ, ਇਸ ਛਿੰਝ ਮੇਲੇ ਦੀ ਰੌਣਕ ਨੂੰ ਵਧਾਉਣਾ। ਹਰ ਸਾਲ ਦੀ ਤਰ੍ਹਾਂ ਇਹ ਛਿੰਝ ਮੇਲਾ ਜਿਹੜਾ ਬਹੁਤ ਵੱਡੇ ਵਿਸ਼ਾਲ ਪੱਧਰ 'ਤੇ ਹੋ ਰਿਹਾ, ਅਤੇ ਸਾਰਿਆਂ ਨੇ ਆਪਣਾ ਆਪਣਾ ਖਿਆਲ ਵੀ ਰੱਖਣਾ ਹੈ। ਜਿਵੇਂ ਬਲਵੀਰ ਜੀ ਨੇ ਦੱਸਿਆ ਕਿ ਪਿਛਲੇ ਸਾਲ ਕੁਛ ਜੇਬ ਕਤਰੇ ਵਿੱਚ ਆ ਗਏ ਸੀਗੇ, ਕਾਫੀ ਨੁਕਸਾਨ ਹੋਇਆ, ਅਤੇ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਹੈ ਪ੍ਰਬੰਧਕ ਕਮੇਟੀ ਵੱਲੋਂ ਕਿ ਪੂਰਾ ਸਾਰਿਆਂ ਨੇ ਰਲ ਮਿਲ ਕੇ ਇਸ ਛਿੰਝ ਮੇਲੇ ਨੂੰ ਨੇਪਰੇ ਚਾੜ੍ਹਨ ਲਈ ਆਪਣਾ ਯੋਗਦਾਨ ਪਾਉਣਾ।
ਸੋ ਬਹੁਤ ਬਹੁਤ ਧੰਨਵਾਦ ਜੀ ਸੋਸ ਟੀ ਵੀ ਤੁਹਾਨੂੰ ਇਹ ਇੱਕ ਵਾਰ ਫਿਰ ਪਿੰਡ ਮਹਿੰਦੀ ਪ੍ਰਦੇਸ਼ ਛਿੰਝ ਮੇਲੇ ਦੀਆਂ ਝਲਕੀਆਂ ਅਤੇ ਦੁਬਾਰਾ ਜਦੋਂ ਮੀਟਿੰਗ ਹੋਏਗੀ ਉਹਦੇ ਵਿੱਚ ਲੈ ਕੇ ਜਾਏਗਾ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ।